ਬੀਤੇ ਸ਼ੁੱਕਰਵਾਰ ਨੂੰ ਨਗਰ ਨਿਗਮ ਦਫ਼ਤਰ 'ਚ ਦਾਦਾਗਿਰੀ ਦਿਖਾਉਣ ਵਾਲੇ ਅਤੇ ਹੂ ਇਸ ਪ੍ਰਗਟ ਸਿੰਘ 'ਤੇ ਬਹਿਸ ਦੇ ਗੁਣਗਾਨ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਦੇ ਖਿਲਾਫ਼ ਜਲੰਧਰ ਪੁਲਿਸ ਵੱਲੋਂ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। जिस तो बाद पुलिस हुण मलविंदर सिंह लक्की नूं नोटिस भेजेगी। तुहानूं दस दईए कि मलविंदर सिंह लक्की ने नगर निगम दफ्तर च एम टी पी परमपाल सिंह नाल दुरव्यवहार किया सी ते उन्हां खिलाफ़ मंदी शब्दावली वरती सी। पहला सुनो मलविंदर सिंह लक्की ने उस दिन की कहा सी एम टी पी परमपाल सिंह नूं। ओ 40 लाख रुपया तुहानूं देना चाहुंदा, एक मिंट, तुसीं मैनूं 5 महीने हो गए, पहला लॉकडाउन तों पहला दी फाइल मेरी पई। ਨੀ ਬੈਠੋ ਕੀ ਮਤਲਬ ਹੈ? 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 ਤੁਸੀਂ ਪ੍ਰਗਟ ਸਿੰਘ ਕੋਲ ਆਪ ਕੇ ਗੱਲ ਕਰੋ, ਇੱਥੇ ਬੁਲਾ। ਤੁਸੀਂ ਮੈਨੂੰ ਕਿਹਾ ਪ੍ਰਗਟ ਸਿੰਘ ਦਾ ਮੇਰਾ ਪ੍ਰੋਬਲਮ ਨਾ, ਕੰਮ ਨਹੀਂ ਹੁੰਦਾ ਮੇਰਾ ਨਾਲ ਲੈ ਜਾਂਦਾ, ਮੈਂ ਕੋਈ ਗੱਲ ਨਹੀਂ। ਕਿਉਂ ਨਹੀਂ ਬਣਾਵਾ ਤੁਸੀਂ ਨਾ? ਇੱਕੋ ਚਲੋ ਗੁਰਦੁਆਰੇ, ਆਓ ਚਲੀਏ, ਚਲੋ ਮੈਂ ਦਾਦਰ ਨਹੀਂ ਗੁਰਦੁਆਰੇ ਦਾ ਦਾਦਰ ਚੜਦਾ ਨਹੀਂ ਗੁਰਦੁਆਰੇ, ਮੈਂ ਦਾਦਰ ਨਾਲ ਗੁਰਦੁਆਰੇ ਦੀ ਬਾਤ। ਜਿਸ ਤੋਂ ਬਾਅਦ ਨਗਰ ਨਿਗਮ ਕਰਮਚਾਰੀ ਯੂਨੀਅਨ ਨੇ ਲੱਕੀ ਖਿਲਾਫ 48 ਘੰਟੇ 'ਚ ਮਾਮਲਾ ਦਰਜ ਕਰਨ ਦੀ ਮੰਗ ਰੱਖੀ ਸੀ। ਮਾਮਲਾ ਪੜਕਦਾ ਦੇਖ ਹੂ ਇਜ਼ ਪ੍ਰਗਟ ਸਿੰਘ ਤੇ ਬੈਂਸ ਦੇ ਗੁਣਗਾਨ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਮਾਫ਼ੀ ਮੰਗ ਲਈ ਹੈ। ਦੇਖੋ ਆਪਣੀ ਮਾਫ਼ੀ 'ਚ ਹੁਣ ਮਲਵਿੰਦਰ ਸਿੰਘ ਕੀ ਕਹਿ ਰਹੇ ਨੇ ਪਰਮਪਾਲ ਸਿੰਘ ਨੂੰ। ਪਰਮਪਾਲ ਵੀ ਇੱਕ ਨੇਕ ਇਨਸਾਨ ਨੇ, ਪਰਮਪਾਲ ਵੀ ਇੱਕ ਨੇਕ ਇਨਸਾਨ ਨੇ। ਲੱਕੀ ਵੱਲੋਂ ਹੰਗਾਮਾ ਕਰਦੇ ਵੇਲੇ ਪ੍ਰਗਟ ਸਿੰਘ ਖਿਲਾਫ਼ ਬੋਲਦੇ ਸੀ ਤੇ ਕਿਹਾ ਸੀ ਹੂ ਇਜ਼ ਪ੍ਰਗਟ ਸਿੰਘ। ਹੂ ਇਜ਼ ਪ੍ਰਗਟ ਸਿੰਘ, ਇੱਕ ਵਾਰ ਪ੍ਰਗਟ ਸਿੰਘ ਕੀ ਹੈ? ਹੂ ਇਜ਼ ਪ੍ਰਗਟ ਸਿੰਘ, ਇੱਕ ਵਾਰ ਪ੍ਰਗਟ ਸਿੰਘ ਕੀ ਹੈ? ਹੂ ਇਜ਼ ਪ੍ਰਗਟ ਸਿੰਘ, ਇੱਕ ਵਾਰ ਪ੍ਰਗਟ ਸਿੰਘ ਕੀ ਹੈ? ਤੇ ਹੁਣ ਪ੍ਰਗਟ ਸਿੰਘ ਨੂੰ ਆਪਣਾ ਅਪਰਾਧ ਦੱਸਦੇ ਹੋਏ ਮਾਫ਼ੀ ਮੰਗ ਰਹੇ ਨੇ। ਔਰ ਸਾਡੇ ਹਲਕੇ ਦੇ ਵਿਧਾਇਕ ਜਿਹੜੇ ਹੈ ਪ੍ਰਗਟ ਸਿੰਘ ਜੀ, ਜੋ ਸਾਡੇ ਨੁਮਾਇੰਦੇ ਵੀ ਨੇ ਔਰ ਹਰ ਵੇਲੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਆ, ਅਸੀਂ ਇਕੱਠੇ ਹਾਂ, ਸਾਡੇ 'ਚ ਕੋਈ ਮਤਭੇਦ ਨਹੀਂ ਹੈ ਤੇ ਅੱਗੇ ਤੋਂ ਅਸੀਂ ਜਿਹੜਾ ਇਹ ਸਾਰੀ ਟੀਮ ਜੋ ਮਿਲ ਕੇ ਚੱਲਾਂਗੇ। ਹੁਣ ਇਹ ਵੀ ਦੇਖੋ ਕਿ ਹੂ ਇਜ਼ ਪ੍ਰਗਟ ਸਿੰਘ ਤੇ ਬੈਂਸ ਦੇ ਗੁਣਗਾਨ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਕਿੱਦਾਂ ਮਾਫ਼ੀ ਮੰਗੀ। ਮੈਂ ਮਲਵਿੰਦਰ ਸਿੰਘ ਲੱਕੀ, ਡਾਇਰੈਕਟਰ ਪੰਜਾਬ ਇੰਡਸਟਰੀ, ਪਿਛਲੇ ਦਿਨਾਂ ਦੇ ਵਿੱਚ ਨਗਰ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਜੋ ਮੇਰੇ ਕਰਕੇ ਪ੍ਰੋਬਲਮ ਹੋਈ ਹੈ, ਮੈਂ ਉਹਦੀ ਖਿਮਾ ਦਾ ਜਾਚਕਾਂ। ਕਰੋਨਾ ਕਾਲ ਦੇ ਦੌਰਾਨ ਜਿਹੜੀ ਉਹ ਫਾਈਲ ਜਿਹੜੀ ਥੋੜ੍ਹੀ ਲੇਟ ਹੋਈ, ਪਰਮਪਾਲ ਵੀ ਇੱਕ ਨੇਕ ਇਨਸਾਨ ਨੇ ਔਰ ਸਾਡੇ ਹਲਕੇ ਦੇ ਵਿਧਾਇਕ ਜਿਹੜੇ ਹੈ ਪ੍ਰਗਟ ਸਿੰਘ ਜੀ, ਜੋ ਸਾਡੇ ਨੁਮਾਇੰਦੇ ਵੀ ਨੇ ਔਰ ਹਰ ਵੇਲੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਆ, ਅਸੀਂ ਇਕੱਠੇ ਹਾਂ, ਸਾਡੇ 'ਚ ਕੋਈ ਮਤਭੇਦ ਨਹੀਂ ਹੈ ਅਤੇ ਅੱਗੇ ਤੋਂ ਅਸੀਂ ਜਿਹੜਾ ਇਹ ਸਾਰੀ ਟੀਮ ਜੋ ਮਿਲ ਕੇ ਚੱਲਾਂਗੇ। ਮੈਂ ਫਿਰ ਤੋਂ ਨਿਗਮ ਦੇ ਜੇ ਮੁਲਾਜ਼ਮ ਔਰ ਅਧਿਕਾਰੀਆਂ ਤੋਂ ਖਿਮਾ ਦੀ ਜਾਚਨਾ ਕਰਦਾ ਔਰ ਆਸ ਕਰਦਾ ਕਿ ਅੱਗੇ ਤੋਂ ਇਹੋ ਜਿਹੀ ਘਟਨਾ ਨਹੀਂ ਹੋਏਗੀ ਅਤੇ ਅਸੀਂ ਜਿਹੜੇ ਇਕੱਠੀ ਹੋ ਕੇ ਆਪਣੇ ਜ਼ਿਲ੍ਹੇ ਦਾ ਵਿਕਾਸ ਕਰਨ ਦੇ ਲਈ ਲਾਮਬੰਦ ਹੋਵਾਂਗੇ। ਧੰਨਵਾਦ। ਹੂ ਇਜ਼ ਪ੍ਰਗਟ ਸਿੰਘ ਤੇ ਬੈਂਸ ਦੇ ਗੁਣਗਾਨ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਭਾਵੇਂ ਮਾਫ਼ੀ ਮੰਗ ਲਈ ਹੈ ਪਰ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਮੁਤਾਬਕ ਸਾਨੂੰ ਇਹ ਮਾਫ਼ੀ ਮਨਜ਼ੂਰ ਨਹੀਂ ਹੈ। ਨਹੀਂ, ਹੁਣ ਤਾਂ ਮਾਫ਼ੀ ਉਹਨਾਂ ਨੇ ਕੱਲ੍ਹ ਜਿੱਦਾਂ ਦੀ ਮੰਗਣੀ ਸੀਗੀ ਉਹ ਆਲੂਆਂ ਤੋਂ ਮਿੱਟੀ ਝਾੜਨ ਵਾਲੀ ਉਹਨਾਂ ਨੇ ਮੰਗ ਲਈ, ਉੱਦਾਂ ਦੀ ਮਾਫ਼ੀ ਤਾਂ ਸਾਨੂੰ ਕੋਈ ਮਨਜ਼ੂਰ ਹੀ ਨਹੀਂ। ਜੇ ਉਹ ਇੰਨੇ ਸੁਹਿਰਦ ਹੁੰਦੇ ਤਾਂ ਕੱਲ੍ਹ ਹੀ ਉਹ ਮਾਫ਼ੀ ਜਿਹੜੀ ਦਫ਼ਤਰ ਆ ਕੇ ਸਾਡੇ ਮਾਣਯੋਗ ਕਮਿਸ਼ਨਰ ਜੀ ਦੇ ਦਫ਼ਤਰ ਜਾਂ ਮਾਣਯੋਗ ਮੇਅਰ ਜੀ ਦੇ ਦਫ਼ਤਰ ਯੂਨੀਅਨਾਂ ਦੀ ਹਾਜ਼ਰੀ ਵਿੱਚ ਮੰਗਦੇ, ਫਿਰ ਉਹ ਮਾਫ਼ੀ ਜਿਹੜੀ ਅਸੈਪਟੇਬਲ ਸੀਗੀ। ਜਿੱਦਾਂ ਦੀ ਉਹਨਾਂ ਦੀ ਮਾਫ਼ੀ ਸੀ, ਉਸ ਮਾਫ਼ੀ 'ਚ ਵੀ ਹੈਂਕੜ ਸੀਗੀ ਜਿਹੜੀ ਉਹਨਾਂ ਦੀ ਸੀਗੀ, ਉਹ ਮਾਫ਼ੀ ਨਹੀਂ ਉਹਨੂੰ ਕਿਹਾ ਜਾ ਸਕਦਾ। ਇਸ ਸਭ ਤੋਂ ਬਾਅਦ ਜਲੰਧਰ ਦੇ ਥਾਣਾ ਡਿਵੀਜ਼ਨ 3 'ਚ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਸਾਨੂੰ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇੱਕ ਕੰਪਲੇਂਟ ਕੀਤੀ, ਸਾਡੇ ਪੁਲਿਸ ਕਮਿਸ਼ਨਰ ਨੂੰ ਕੀਤੀ ਸੀ, ਜਿਹੜੀ ਸਾਨੂੰ ਮਾਰਕ ਹੋਈ ਸੀ, ਜਿਹਦੇ ਸੰਬੰਧ ਵਿੱਚ ਅਸੀਂ ਲੀਗਲ ਤੋਂ ਰਾਏ ਲਈ ਹਾਸਲ ਕੀਤੀ ਸੀਗੀ ਅਤੇ ਉਹਨਾਂ ਦੇ ਹਾਸਲ ਕਰਨ ਤੋਂ ਬਾਅਦ ਅਸੀਂ ਇਹਨਾਂ ਦੇ ਮੁਕੱਦਮਾ ਦਰਜ ਕੀਤਾ। ਇਹ ਮੁਕੱਦਮਾ ਮਲਵਿੰਦਰ ਲੱਕੀ ਦੇ ਖਿਲਾਫ਼ ਦਰਜ ਕੀਤਾ, ਇਹ ਧਾਰਾ 353, 186 ਅਤੇ 341 ਅਤੇ 506 ਦੇ ਤਹਿਤ ਕੀਤਾ ਦਰਜ, ਜਿਹਦੇ ਸੰਬੰਧ ਵਿੱਚ ਅਸੀਂ ਉਹਨੂੰ 41 ਇੱਕ ਦਾ ਨੋਟਿਸ ਭੇਜਾਂਗੇ ਉਹਨੂੰ ਪਹਿਲਾਂ, ਸਭ ਤੋਂ ਪਹਿਲਾਂ ਫਿਰ ਅਸੀਂ ਕਾਰਵਾਈ ਬੰਦ ਕਰਾਂਗੇ ਜੀ। ਹਾਂਜੀ ਹਾਂਜੀ, ਇੱਥੇ ਉਹਨਾਂ ਨੇ ਕਾਰਪੋਰੇਸ਼ਨ ਉਹਨਾਂ ਦੇ ਮੁਲਾਜ਼ਮਾਂ ਦੇ ਆ ਕੇ ਉਹਨਾਂ ਨੇ ਮਿਸਬਿਹੇਵ ਕੀਤਾ ਆਪਣੀ ਕਾਰਪੋਰੇਸ਼ਨ ਦੇ, ਪਰਮਪਾਲ ਨੇ ਉਹਨਾਂ ਨੇ ਟਾਊਨ ਪਲਾਨ ਉਹਨਾਂ ਨਾਲ ਕੀਤਾ ਮਿਸਬਿਹੇਵ ਇਹਨਾਂ ਨੇ। ਤੇ ਬੈਂਸ ਦੇ ਗੁਣਗਾਨ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਖਿਲਾਫ਼ ਜਲੰਧਰ ਪੁਲਿਸ ਵੱਲੋਂ ਮਾਮਲਾ ਦਰਜ ਤੋਂ ਬਾਅਦ ਨਗਰ ਨਿਗਮ ਕਰਮਚਾਰੀ ਯੂਨੀਅਨ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਨਾਲ ਹੋਏ ਧੱਕੇ ਨੂੰ ਜਿਹੜਾ ਸੀਰੀਅਸਲੀ ਲੈਂਦੇ ਹੋਏ ਉਹਨਾਂ ਇਨਸਾਫ਼ ਦਿੱਤਾ ਅਤੇ ਜਿਹੜਾ ਉਹਨਾਂ ਨੇ ਬਦਤਮੀਜ਼ੀ ਕੀਤੀ ਸੀਗੀ ਉਹਨਾਂ ਨੂੰ ਉਹਨਾਂ ਦੀ ਕੀਤੇ ਦੀ ਸਜ਼ਾ ਦਿੱਤੀ। ਇਸ ਲਈ ਮੈਂ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਬਹੁਤ ਜ਼ਿਆਦਾ।
ते बैंस दे गुणगान करन वाले कांग्रेसी नेता मलविंदर सिंह लक्की खिलाफ जलंधर पुलिस वालों मामला दर्ज तो बाद भी नेता जी दीआं मुश्किलां घट नहीं हो रहीआं। सूत्रां तों मिली जानकारी अनुसार प्रगट सिंह खिलाफ बोलण दे मामले च नेता जी दी शिकायत चंडीगढ़ तक पहुंच गई है। कैमरामैन राजू गुप्ता दे नाल परमजीत सिंह रंगपुरी वॉइस ऑफ पंजाब जलंधर।